ਵਾਹਿਗੁਰੂ 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 ਸਤਨਾਮ ਵਾਹਿਗੁਰੂ ਇਹਦੀ ਮਹੱਤਤਾ ਬਹੁਤ ਪੁਰਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਨਿਸ਼ਾਨ ਸਾਹਿਬ ਦਾ ਰੰਗ ਚੇਂਜ ਹੋ ਕੇ ਚੜਾਏ ਗਏ ਨੇ, ਕਿਉਂਕਿ ਇਹ ਸਾਡਾ ਬਹੁਤ ਪੁਰਾਣਾ ਰੰਗ ਜੋ ਕਿ ਸ੍ਰੀ ਬਸੰਤੀ ਰੰਗ ਕਹਿ ਲਓ, ਕੇਸਰੀ ਕਹਿ ਲਓ, ਚਲਾਉਂਦੇ ਸੀ। ਉਹ ਹੌਲੀ ਹੌਲੀ ਚਲੋ ਰੰਗ, ਕੋਈ ਵਹਿਮ ਨਹੀਂ ਸੀ ਮਨ 'ਚ, ਕਦੇ ਆਈ ਨਹੀਂ ਸੀ ਇਹ ਗੱਲ। ਗੁਰੂ ਘਰਾਂ 'ਚ ਰੰਗ ਬਦਲ ਜਾਂਦਾ ਰਿਹਾ, ਚੇਂਜ ਹੁੰਦਾ ਰਿਹਾ। ਉਹ ਹੌਲੀ ਹੌਲੀ ਇਹੋ ਜਿਹਾ ਭੁਲੇਖਾ ਪਿਆ ਕਿ ਉਹ ਲੋਕਾਂ ਦੇ ਵਿੱਚ ਭਰਮ ਭੁਲੇਖਾ ਪੈ ਗਿਆ ਕਿ ਇਹ ਸਾਡਾ ਰੰਗ ਨਹੀਂ ਹੈ, ਇਹ ਹਿੰਦੂਆਂ ਦਾ ਰੰਗ ਹੈ। ਹਾਲਾਂਕਿ ਸਾਰੇ ਧਰਮ ਸਾਡੇ ਇੱਕੋ ਹੀ ਹੁੰਦੇ ਨੇ, ਸਭ ਆਪਣੇ ਆਪਣੇ ਰੰਗ ਨੇ ਧਰਮਾਂ ਦੇ। ਮੁਸਲਮਾਨਾਂ ਦਾ ਹਰਾ ਰੰਗ ਹੈ, ਹਿੰਦੂ ਭਰਾਵਾਂ ਦਾ ਲਾਲ ਰੰਗ ਹੈ, ਇਹ ਭਾਜਪਾ ਦਾ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਹੈ। ਸੋ ਇਸ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਸਿੰਘ ਸਾਹਿਬਾਂ ਨੇ ਬੈਠ ਕੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ ਜਿੰਨੇ ਵੀ ਗੁਰੂ ਘਰ ਨੇ, ਨਾ ਕਿ ਪੰਜਾਬ 'ਚ, ਸਾਰੀ ਦੁਨੀਆਂ 'ਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹਨਾਂ ਦਾ ਰੰਗ ਜੋ ਬਸੰਤੀ ਰੰਗ ਪਹਿਲਾਂ ਹੁੰਦਾ ਸੀ ਉਹ ਬਦਲਿਆ ਜਾਵੇ। ਸੋ ਇਸ ਕਰਕੇ ਸਾਰੀ ਸੰਗਤ ਵਿੱਚ ਉਤਸ਼ਾਹ ਵੀ ਬਹੁਤ ਹੈ ਅਤੇ ਸਾਰੇ ਬਦਲ ਵੀ ਰਹੇ ਨੇ। ਅਤੇ ਅੱਜ ਸਾਨੂੰ ਇਸ ਗੁਰੂ ਘਰ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਇਹ ਸੇਵਾ ਕਰਨ ਦਾ ਮੌਕਾ ਮਿਲਿਆ, ਕਿਉਂਕਿ ਜਿੱਥੇ ਅੱਜ ਇਹ ਸੇਵਾ ਕਰ ਰਹੇ ਸੀ ਉੱਥੇ ਮੇਰੇ ਪਿਤਾ ਜੀ ਪੰਥ ਰਤਨ ਜਹਿਦਾ ਗੁਰਚਰਨ ਸਿੰਘ ਚੌੜਾ ਨੂੰ ਸਮਰਪਿਤ ਉਹਨਾਂ ਦਾ 24 ਸਤੰਬਰ 1924 ਨੂੰ 100 ਸਾਲ ਦਾ ਜਨਮ ਦਿਹਾੜਾ ਆ ਰਿਹਾ। ਸੋ ਆਪਾਂ ਸਾਰਿਆਂ ਨੇ ਰਲ ਕੇ ਉੱਥੇ ਪੂਰਾ ਉਹਨਾਂ ਨੂੰ ਪਿਆਰ ਸਤਿਕਾਰ ਵੱਡੇ ਪੱਧਰ 'ਤੇ ਆਪਾਂ ਮਨਾਉਣਾ, ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਹੋਰ ਵੀ ਬਹੁਤ ਪ੍ਰੋਗਰਾਮ ਹੋਣਗੇ, ਉੱਥੇ ਵੀ ਤੁਹਾਨੂੰ ਸੱਦਾ ਦਿੱਤਾ ਜਾਊਗਾ। ਸਭ ਨੇ ਉਹਨਾਂ 'ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਆਪਣਾ ਪਿਆਰ ਸਤਿਕਾਰ ਭੇਟ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਝੂਰ ਤੇ ਨਿਸ਼ਾਨ ਰਹੇ ਪੰਥ ਮਹਾਰਾਜ, ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਪਰਮਾਤਮਾ ਦਾ ਜੇ ਤਖਤ ਹੈ, ਜਿਸ ਤਖਤ ਤੋਂ ਹਰ ਵੇਲੇ ਸਿੱਖ ਪੰਥ ਨੂੰ, ਸਮੁੱਚੇ ਜਗਤ ਨੂੰ ਜਦੋਂ ਵੀ ਕੋਈ ਉਖਿਆਈ ਆਉਂਦੀ ਹੈ ਤੇ ਸਾਨੂੰ ਆਦੇਸ਼ ਸੰਦੇਸ਼ ਜਾਰੀ ਹੁੰਦੇ ਹਨ। ਤੇ ਹੁਣ ਕੁਛ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿੱਚ ਇਹ ਗੁਰਮਤਾ ਕੀਤਾ ਗਿਆ ਕਿ ਸਮੁੱਚੇ ਪਾਵਨ ਸਥਾਨਾਂ ਤੇ ਜੋ ਨਿਸ਼ਾਨ ਸਾਹਿਬ ਹੈ ਉਹ ਹੁਣ ਬਸੰਤੀ ਰੰਗ ਦੇ ਝੁਲਾਏ ਜਾਣ, ਕਿਉਂਕਿ ਨਿਸ਼ਾਨ ਸਾਹਿਬ ਸਾਡੀ ਇੱਕ ਆਪਸੀ ਪਿਆਰ ਦਾ, ਇਕੱਤਰਤਾ ਦਾ ਪ੍ਰਤੀਕ ਹੈ। ਜਦੋਂ ਵੀ ਕੋਈ ਦੂਰੋਂ ਕੋਈ ਗੁਰੂ ਕਾ ਸਿੱਖ ਨਿਸ਼ਾਨ ਸਾਹਿਬ ਦੇਖਦਾ ਹੈ ਜਾਂ ਕੋਈ ਵੀ ਪਿਆਰਾ ਹੈ ਤੇ ਉਹਨੂੰ ਸੰਦੇਸ਼ ਇਹੀ ਮਿਲਦਾ ਇੱਥੇ ਆ ਕੇ ਕਿ ਇੱਥੇ ਉਹਨੂੰ ਰਹਿਣ ਨੂੰ ਅਸਥਾਨ ਮਿਲੇਗਾ, ਲੰਗਰ ਨੂੰ ਛਕਣ ਦੀ ਪ੍ਰਾਪਤੀ, ਲੰਗਰ ਛਕਣ ਦੀ ਪ੍ਰਾਪਤੀ ਹੋਵੇਗੀ, ਵੀ ਜੋ ਪੇਟ ਦੀ ਖੁਰਾਕ ਹੈ
ਸਰੀਰ ਦੀ ਖੁਰਾਕ ਹੈ, ਲੰਗਰ ਵੀ ਮਿਲੇਗਾ। ਤੀਜੀ ਜੋ ਮੇਨ ਸ਼ਬਦ ਦੀ ਖੁਰਾਕ ਹੈ ਉਹ ਗੁਰੂ ਘਰ ਮਿਲਦੀ ਹੈ। ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਸਿੰਬਲ ਹੈ, ਪ੍ਰਤੀਕ ਹੈ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ। ਤੇ ਜਦੋਂ ਨਿਸ਼ਾਨ ਸਾਹਿਬ ਝੂਲਦੇ ਹੋਣ ਤੇ ਉੱਥੇ ਇਹੀ ਪ੍ਰਤੀਕ ਹੈ ਵੀ ਇੱਥੇ ਪੰਥ ਦੀ ਚੜ੍ਹਦੀ ਕਲਾ ਰਹਿੰਦੀ। ਚੜ੍ਹਦੀ ਕਲਾ ਤਿੰਨ ਕਾਰਨਾਂ ਕਰਕੇ ਹੁੰਦੀ ਹੈ ਕਿ ਜੇ ਸ਼ਬਦ ਦੀ ਖੁਰਾਕ ਵੀ ਮਿਲੇਗੀ, ਸਰੀਰ ਦੀ ਖੁਰਾਕ ਵੀ ਮਿਲੇਗੀ ਤੇ ਆਪਸੀ ਪਿਆਰ ਵੀ ਮਿਲੇਗਾ। ਤੇ ਇਹ ਨਿਸ਼ਾਨ ਸਾਹਿਬ ਉਸ ਪਿਆਰ ਦਾ ਪ੍ਰਤੀਕ ਹੈ ਜੋ ਸਿੰਘ ਸਾਹਿਬਾਨ ਵੱਲੋਂ ਸਾਰੀ ਪੰਥ ਨੂੰ, ਸਾਰੇ ਸਮੁੱਚੇ ਜਗਤ ਨੂੰ ਇਹ ਸੰਦੇਸ਼ ਜਾਰੀ ਹੋਇਆ ਹੈ ਕਿ ਹਰ ਪਾਵਨ ਸਥਾਨ ਤੇ ਨਿਸ਼ਾਨ ਸਾਹਿਬ ਹੁਣ ਸੁਰਮਈ ਜਾਂ ਬਸੰਤੀ ਝੁਲਾਏ ਜਾਣ। ਜਿੱਥੇ ਪਹਿਲਾਂ ਕੇਸਰੀ ਸੀ ਉੱਥੇ ਬਸੰਤੀ ਨਿਸ਼ਾਨ ਸਾਹਿਬ ਝੋਲਣ ਦੀ ਮਰਿਆਦਾ ਆਰੰਭ ਹੋਈ ਹੈ ਤੇ ਅੱਜ ਬੀਬੀ ਜਥੇਦਾਰ ਕੁਲਦੀਪ ਕੌਰ ਜੀ ਟੋੜਾ ਜੀ ਅਤੇ ਸਾਡੇ ਮੈਨੇਜਰ ਸਾਹਿਬਾਨ ਸਰਦਾਰ ਨਿਸ਼ਾਨ ਸਿੰਘ ਜੀ, ਹੋਰ ਸਮੁੱਚੇ ਸਟਾਫ ਵੱਲੋਂ ਇਹ ਅਰਦਾਸ ਬੇਨਤੀ ਕਰਕੇ ਗੁਰੂ ਚਰਨਾਂ 'ਚ ਨਿਸ਼ਾਨ ਸਾਹਿਬ ਝੁਲਾਇਆ ਜਾ ਰਿਹਾ ਹੈ ਤੇ ਆਪ ਸੰਗਤਾਂ ਨੂੰ ਵਧਾਈਆਂ ਹੋਣ। ਤੇ ਸਾਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਕਿਉਂਕਿ ਅਕਾਲ ਤਖਤ ਸਾਹਿਬ ਸਾਡੀ ਸਰਮੋਹ ਸੰਸਥਾ ਹੈ ਤੇ ਜੋ ਉੱਥੋਂ ਸੰਦੇਸ਼ ਜਾਰੀ ਹੁੰਦੇ ਹਨ ਉਹ ਸਾਰੇ ਸਿੱਖ ਜਗਤ ਨੂੰ ਮੰਨਣੇ ਚਾਹੀਦੇ। ਇਹ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਥਾਨ ਨਹੀਂ, ਜਿਤਨੇ ਸਥਾਨਕ ਸਥਾਨ ਹਨ, ਵਿਦੇਸ਼ਾਂ ਵਿੱਚ ਜਿਤਨੇ ਹਨ, ਉਹਨਾਂ ਸਾਰਿਆਂ 'ਤੇ ਨਿਸ਼ਾਨ ਸਾਹਿਬ ਹੁਣ ਇਹੀ ਝੁਲਾਏ ਜਾਣ। ਇਹ ਪੰਥ ਵੱਲੋਂ ਆਦੇਸ਼ ਹੋਇਆ ਹੈ ਤੇ ਸਾਨੂੰ ਸਭਨਾਂ ਨੂੰ ਮੰਨਣਾ ਚਾਹੀਦਾ ਹੈ। ਅੱਜ ਸਾਨੂੰ ਇਹ ਕਹਿਣ 'ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇਹ ਨਿਸ਼ਾਨ ਸਾਹਿਬ ਝੁਲਾਏ ਗਏ। ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।